Good morning, first class students. I hope you all are fine at your home, dear students. Firstly, bring your Punjabi book, Meh Punjabi Part Pustak. Let's do some study today. So, dear students, move on to piece number nineteen. स्टूडेंट्स ਅੱਜ ਸੀ ਕਰਾਂਗੇ ਅਦਤ ਦੀ ਵਰਤੋਂ स्टूडेंट्स ਮੈਂ ਅੱਜ ਤੁਹਾਨੂੰ ਦੱਸਾਂਗੀ ਅਦਤ ਕੀ ਹੁੰਦਾ ਹੈ ਤੇ ਅਸੀਂ ਇਸ ਦੀ ਵਰਤੋਂ ਕਿੱਥੇ ਤੇ ਕਿਉਂ ਕਰਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਜੱਜੇ ਨੂੰ ਅਦਤ ਕੱਗਾ ਜਾਗ ਕ ਇਹ ਜੱਗ ਪਤਾ ਹੈ ਨਾ ਸੋ ਅੱਗੇ ਹੈ ਹਾਏ ਨੂੰ ਅਦਤ ਥਥਾ

ਅੱਖਰ ਦੀ ਆਵਾਜ਼ ਦੋਹਰੀ ਆਉਂਦੀ ਹੋਵੇ ਉਸ ਤੋਂ ਪਹਿਲਾਂ ਵਾਲੇ ਅੱਖਰ ਤੇ ਅਦਕ ਲਗਾਇਆ ਜਾਂਦਾ ਹੈ ਸੂਰੀਅਸ ਸਟੂਡੈਂਟ ਜਿਹੜੇ ਅੱਖਰ ਦੀ ਆਵਾਜ਼ ਦੋਹਰੀ ਆਉਂਦੀ ਹੈ ਉਸ ਤੋਂ ਪਹਿਲਾਂ ਵਾਲੇ ਅੱਖਰ ਦੇ ਉੱਪਰ ਅਸੀਂ ਅਦਕ ਲਗਾਉਂਦੇ ਹਾਂ ਜਿਵੇਂ ਕਿ ਤੁਸੀਂ ਜੱਗ ਨੂੰ ਬੋਲ ਕੇ ਦੇਖੋ ਜੱਗ ਗੱਗੇ ਦੀ ਡਬਲ ਆਵਾਜ਼ ਆ ਰਹੀ ਹੈ ਇਸ ਲਈ ਅਸੀਂ ਜ ਜ ਦੇ ਉੱਪਰ ਅਦਕ ਪਾਉਨੇ ਹਾਂ ਅੱਧਕ ਅੱਖਰ ਦੇ ਉੱਪਰ ਲਿਖਿਆ ਜਾਂਦਾ ਹੈ ਜਿਵੇਂ ਚੱਗ ਬਸ ਹੱਥ ਸੱਪ ਠੀਕ ਹੈ ਓਕੇ ਸਟੂਡੈਂਟਸ ਸਟੂਡੈਂਟਸ ਅੱਧਕ ਦੀ ਬਹੁਤ ਹੀ ਇੰਪੋਰਟੈਂਸ ਹੈ ਅੱਗੇ ਮੈਂ ਤੁਹਾਨੂੰ ਦੱਸਦੀ ਆ ਅੱਧਕ ਵੀ ਵਰਤੋਂ ਪ੍ਰਤੀ ਅਣਗਹਿਲੀ ਕਰਨ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਅੰਤਰ ਆ ਜਾਂਦਾ ਹੈ ਇਸ ਲਈ ਅਦਕ ਦੀ ਵਰਤੋਂ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ੜੀਅਰ ਸਟੂਡੈਂਟਸ ਮਤਲਬ ਹੈ ਕਿ ਦੇਖੋ ਜੇਕਰ ਅਸੀਂ ਇੱਥੇ ਅਦਕ ਹਟਾ ਦਈਏ ਲਾਈਕ ਇੱਥੇ ਦੱਸਿਆ ਹੈ ਕਿ ਜੱਜੇ ਦੇ ਉੱਪਰੋਂ ਅਦਕ ਨੂੰ ਹਟਾ ਦਈਏ ਤਾਂ ਇਸ ਅੱਖਰ ਦਾ ਅਲੱਗ ਮਤਲਬ ਹੈ ਤੇ ਇਸ ਅੱਖਰ ਦਾ ਅਲੱਗ ਮਤਲਬ ਹੈ ਤਾਂ ਇਹ ਜਿਹੜਾ ਇਹ ਵਾਲਾ ਸ਼ਬਦ ਹੈ ਜਗ ਜਗਮੀਨ ਦੁਨੀਆ ਇਹ ਜਗ ਪਾਣੀ ਵਾਲਾ ਜੱਗ ਠੀਕ ਹੈ ਨਾ ਇਸੇ ਤਰ੍ਹਾਂ ਜਿਵੇਂ ਕਿ ਆ ਸਾਰੇ ਹੀ ਸ਼ਬਦ ਲਿਖੇ ਹੋਏ ਹਨ ਜੀ ਅਸੀਂ ਇੱਕ ਨਾਲੋਂ ਵੀ ਇਸ ਦੇ ਨਾਲੋਂ ਅਦਕ ਹਟਾ ਦਈਏ ਤਾਂ ਇਹਦਾ ਡਿਫਰੈਂਸ ਮਤਲਬ ਇਹਦਾ ਹੋਰ ਹੈ ਤੇ ਇਹਦਾ ਹੋਰ ਹੈ ਠੀਕ ਹੈ ਸੋਰੀ ਯੂ ਸਟੂਡੈਂਟਸ ਹੁਣ ਅਸੀਂ ਅੱਗੇ ਪੜ੍ਹਦੇ ਹਾਂ ਮੂਵ ਔਨ ਟੂ ਪੇਜ ਨੰਬਰ 20 ਓਕੇ ਸਸੇ ਨੂੰ ਅਦਕ ਥੱਥਾ ਸ ਥ ਈ ਸਤ ਥ ਐੜੇ ਨੂੰ ਅਦਖ ਖਖਾ ਅਖ ਕੀ ਹੈ ਅਖ ਸਟੂਡੈਂਟ ਆ ਰਹੀ ਨੇ ਡਬਲ ਡਬਲ ਵਾਰ ਲਾਸਟ ਵਾਲੇ ਅੱਖਰ ਦੀ ਆ ਰਹੀ ਹੈ ਨਾ ਤੁਸੀਂ ਵੀ ਮੇਰੇ ਨਾਲ ਇਸੇ ਤਰ੍ਹਾਂ ਬੋਲ ਕੇ ਦੇਖੋ ਤੁਹਾਨੂੰ ਆਪਣੇ ਆਪ ਪਤਾ ਚਲ ਜਾਏਗਾ ਸੋ ਨੈਕਸ ਰਾਰੇ ਨੂੰ ਅਦਖ ਖਖਾ ਰਖ ਕੀ ਹੈ ਰਖ ਹਾਹੇ ਨੂੰ ਅਦਖ ਕਕਾ ਹਕ ਕੀ ਬਣਿਆ ਹਕ

ಕಕ್ಕ ರಾಡ ಲಕ್ಡಿಯ ಲಕ್ಡೇ ಯು ಅಧಕ ಕಕ್ಕ ನೂ ಅಧಕ ಕಕ್ಕ ರೂ ಅಧ ಕಾಡ ಕಕ್ಕ ಬಣ್ಯಾ ಬೋಲೊ ವೆರಿ ಗುಡ್ ಕಕ್ಕ ਥੱਥੇ ਨੂੰ ਅਦਕ ਪਪਾ ਰਾੜਾ ਥੱਪੜ ਕਿਆ ਹੈ ਇਹ ਥੱਪੜ ਛਸ਼ੇ ਨੂੰ ਅਦਕ ਪਪਾ ਰਾਰਾ ਛਪਰ ਇਹ ਬਣਿਆ ਛਪਰ ਮੰਮੇ ਨੂੰ ਅਦਕ ਛਸ਼ਾ ਰਾਰਾ ਮਛਰ ਕੀ ਬਣਿਆ ਮਛਰ ਸਟੂਡੈਂਟ ਤੁਸੀਂ ਇਸੇ ਤਰ੍ਹਾਂ ਸਪਲਿਟ ਕਰਕੇ ਪੜੋ ਮੇਰੇ ਨਾਲ ਨਾਲ ਸਸੇ ਨੂੰ ਪੈਂ ਬਿੰਦੀ

ਤੱਕਾਣਾ ਟੱਕਣਾ ਕੀ ਹੈ ਟੱਕਣਾ ਮੰਮੇ ਨੂੰ ਅਦ ਖਖਾਣਾ ਮੱਖਣ ਇਹ ਹੈ ਇਹ ਮੱਖਣ ਚੱਚੇ ਨੂੰ ਅਦ ਖਖਾਣਾ ਚੱਖਣਾ ਕਿਵੇਂ ਪੜਾਂਗੇ ਇਸ ਨੂੰ ਚੱਖਣਾ ਰਾਦੇ ਨੂੰ ਅਦ ਖਖਾਣਾ ਰੱਖਣਾ ਦਦੇ ਨੂੰ ਅਦ ਖਖਾਣਾ ਦੱਖਣਾ ਹਾਹੇ ਨੂੰ ਅਦਕ ਸਸਾਣਾਣਾ ਥਸਣਾ ਪੱਪੇ ਨੂੰ ਅਦਕ ਕਕਾਣਾਣਾ ਬਕਕਣ ਕੀ ਬਣਿਆ ਪਕਕਣ ਪੱਪੇ ਨੂੰ ਅਦਕ ਤਤਾ ਪਤ ਚਜਾਣਾੜਾ ਝੜ ਕੀ ਬਣਿਆ ਪਤ ਝੜ ਨੰਨਾ ਛੇ ਨੂੰ ਅਦਕ ਤਤਾਰ ਰਨਸ਼ਤਰ ਕੀ ਬਣਿਆ ਨਸ਼ਤਰ ਮਮੇਨ ਔਕੜ ਕਕੇ ਨੂੰ ਅਦਕ ದ ದರರ ಮುಕದರ್ ಕಿ ಬಣೆಗ ಮುಕದರ್ ಪಬ್ಬೆನು ओंಕ ಲल्लेನು ಅದ ಕಕ್ಕ ನಾಣ ಪುಲಕಡ ಕಿ ಬಣ್ಯಾಹೆ ಪುಲಕಡಮ್ಮಾ ಹಾಹೆನು ಅದ ತತ್ತಾ ವಾವ ಮಹತ್ವ ಮಹ ಕಿ ಬಣ್ಯಾ ಮಹತ್ವ ಅಬ್ಬಾ ಅದ ಪಪ್ಪಾ ನಾಣ ಪ್ರಪ್ಪಣ ਕੀ ਬਣਿਆ ਇਹ ਪ੍ਰਪਣ ਅੱਗੇ ਕੀ ਹੈ ਵਾ ਵ ਡੱਡੇ ਨੂੰ ਅਦਕ ਪਪਾ ਨਾਣਾ ਬਡੱਪਣ ਕੀ ਬਣਿਆ ਇਹ ਵਡੱਪਾਣਾ ਸਟੂਡੈਂਟਸ ਇਸੇ ਤਰ੍ਹਾਂ ਤੁਸੀਂ ਵੀ ਬਾਰ-ਬਾਰ ਇਸ ਨੂੰ ਰੀਡ ਕਰਨਾ ਹੈ ਤੇ ਹੁਣ ਅਸੀਂ ਇਹ ਵਾਲੇ ਵਾਕ ਰੀਡ ਕਰਾਂਗੇ ਜੱਜੇ ਨੂੰ ਅਦਕ ਗੱਗਾ ਜੱਗ ਫਫਾੜਾਣਾ ਫੜ ਜੱਗ ਫੜ ਜੱਜਾਲ ਲੱਲ ਜਲ ਸ਼ਿਸ਼ਾ ਕੱਕਾ ਸ਼ਕ ਜਲ ਸ਼ਕ ਇਹ ਇਹਨੂੰ ਅਦਕ ਕਕਾੜਾੜ ਯਕੜ ਸਸ਼ੇ ਨੂੰ ਅਦਕ ਟੱਡਾ ਸ਼ੜ ਯਕੜ ਸ਼ੜ ਗੱਗੇ ਨੂੰ ਅਦਕ ਜੱਜਾ ਨਾਣਾ ਗੱਜਣ ਸਸੇ ਨੂੰ ਅਦਕ ਪੱਪਾ ਸੱਪ ਗੱਜਣ ਸੱਪ ਪੱਬੇ ਨੂੰ ਅਦਕ ਜੱਜਾ ਪੰਜ ਚੱਚੇ ਨੂੰ ਅਦਕ ਲੱਲਾ ਚਲ ਪੱਜ ਚਲ ਪੱਪਾ ਰਾਰੇ ਨੂੰ ਅਦਕ ਪਪਾ ਨਾਣ ਪ੍ਰਪਾਣ ਰਾਰੇ ਨੂੰ ਅਦਕ ਖਖ ਰਖ ਪ੍ਰਪਣ ਰਖ ਅੱਗੇ ਇਸੇ ਤਰ੍ਹਾਂ ਪੜਦੇ ਹਾਂ ਮੰਮਾ ਹਾਹੇ ਨੂੰ ਅਦਕ ਤੱਤਾ ਵਾਵ ਮਹੱਤ ਤ ਸਸਾ ਮੰਮਾ ਤਿੱਜਾ ਸਮਝ ਮਹੱਤ ਸਮਝ ਸਾਹ ਸਸੇ ਨੂੰ ਅਦਕ ਥਥਾ ਸਤ ਵਾਵੇ ਨੂੰ ਅਦਕ ਲਲਵਲ ਨੰਨੇ ਅਦ ਸਸਾ ਨਸ ਸਤ ਵੱਲ ਨਸ ਸਸੇ ਨੂੰ ਅਦ ਤੱਤਾ ਰਾਰਾ 70 ਚੱਚੇ ਨੂੰ ਅਦ ਕਕਾ ਰਾਰਾ ਚੱਕਰ ਖੱਕੇ ਨੂੰ ਅਦ ਟੈਂਕਾ ਕਟ 70 ਚੱਕਰ ਕਟ ਅੱਗੇ ਅੜਦੇ ਹਾਂ ਸੀ ਮੰਮੇ ਨੂੰ ਅਦ ਖਖਾ ਨਾਣਾ ਮੱਖਣਾ ਸਸੇ ਨੂੰ ਅਦ ਚਚਾ ਸੱਚ ਸਸੇ ਨੂੰ ਅਦ ਚਚਾ ਸੱਚ ਤਦੈਨ ਅਦਕ ਸਸਤਾਸ ਮੱਖਣ ਸੱਚ ਸੱਚਤਾਸ ਚ ਜਿੰਨ ਅਦਕ ਟੈਕਾ ਝਟ ਪੱਪੇ ਨੂੰ ਅਦਕ ਟੈਕਾ ਪਟ ਸਸੇ ਨੂੰ ਅਦਕ ਚੱਜਾਣਾ ਸੱਜਣ ਵਾਵੇ ਨੂੰ ਅਦਕ ਲੱਲਾ ਵੱਲ ਚੱਚੇ ਨੂੰ ਅਦਕ ਲੱਲਾ ਚੱਲ ਝਟ ਪਟ ਸੱਜਣ ਵੱਲ ਚੱਲ ਜੀ ਸਟੂਡੈਂਟਸ ਅਸੀਂ ਹੁਣ ਇਹ ਵਾਲੇ ਵਾਕ ਰੀਡ ਕੀਤੇ ਹਨ ਤੁਸੀਂ ਵੀ ਇਸ ਨੂੰ ਦੁਬਾਰਾ ਤੋਂ ਰੀਡ ਕਰਨਾ ਹੈ ਅੱਗੇ ਅਸੀਂ ਹੁਣ ਕਰਾਂਗੇ ਪੇਜ ਨੰਬਰ 21 ਉੱਪਰ ਅਭਿਆਸ ਸਟੂਡੈਂਟਸ ਅਭਿਆਸ ਦੇ ਪਹਿਲੇ ਨੰਬਰ ਤੇ ਦਿੱਤਾ ਹੋਇਆ ਹੈ ਪੜੋ ਅਤੇ ਸੁਣਾਓ ਇਸ ਨੂੰ ਤੁਸੀਂ ਆਪਣੇ ਆਪ ਪੜਨਾ ਹੈ ਬਿਕੋਜ਼ ਤੁਸੀਂ ਹੁਣ ਆਪਣੇ ਆਪ ਪੜਨ ਦੇ ਯੋਗ ਹੋ ਗਏ ਹੋ ਸਟੂਡੈਂਟਸ ਹੁਣ ਅਸੀਂ ਚਿੱਤਰਾਂ ਨੂੰ ਪਛਾਣ ਕੇ ਉਹਨਾਂ ਦੇ ਨਾਂ ਲਿਖਾਂਗੇ ਸੋ ਪਹਿਲੇ ਨੰਬਰ ਤੇ ਸਾਨੂੰ ਸੋਲਵ ਕਰਕੇ ਦਿੱਤਾ ਹੋਇਆ ਹੈ ਤੋਂ ਅੱਗੇ ਅਸੀਂ ਖੁਦ ਕਰਾਂਗੇ ਸੂਰੀਆ ਸਟੂਡੈਂਟ ਫਰਸਟਲੀ ਬ੍ਰਿੰਗ ਯੋਰ ਪੈਨਸਲ ਫਿਰ ਤੁਸੀਂ ਮੇਰੇ ਨਾਲ ਹੀ ਇਸੇ ਤਰ੍ਹਾਂ ਲਿਖਣਾ ਹੈ ਜਿਸ ਤਰ੍ਹਾਂ ਮੈਂ ਲਿਖਾਂਗੀ ਪਹਿਲੇ ਨੰਬਰ ਤੇ ਕੀ ਹੈ ਸਸੇ ਨੂੰ ਅਧਕ ਪਪਾ ਸਪ ਪਿਕਚਰ ਵਿੱਚ ਦਿਖਾਇਆ ਗਿਆ ਹੈ ਸਪ ਸੋ ਨੈਕਸਟ ਕੀ ਹੈ ਇਹ ਕਿੜਾ ਬੜੇ ਬੱਤਖ ਸੋ ਲਿਖੋ ਇੱਤੇ ਬੱਬੇ ਨੂੰ ਅਦਕ ਤੱਤਾ ਖਖਾ ਪੱਤਕ ਖ ਇਹ ਪੱਤਕ ਅੱਗੇ ਕੀ ਸ਼ੋ ਕੀਤਾ ਗਿਆ ਹੈ ਨੋਜ਼ ਦੇ ਵਿੱਚ ਕੀ ਹੈ ਨੱਥ ਕੀ ਬੋਲਦੇ ਆ ਇਸ ਨੂੰ ਨੰਨੇ ਨੂੰ ਅਦ ਥੱਥਾ ਨੱਥ ਅੱਗੇ ਕੀ ਹੈ ਇਹ ਕਿਹੜੀ ਪਿਕਚਰ ਹੈ ਪਤਾ ਹੈ ਨਾ ਜੇ ਜੇ ਨੁਆਦਾ ਕੱਕਾ ਜੱਗ ਵੈਰੀ ਗੁੱਡ ਲਿਖੋ ਇਸੇ ਤਰ੍ਹਾਂ ਤੁਸੀਂ ਵੀ ਅੱਗੇ ਕੀ ਹੈ ਇਹ ਕਿਹੜੀ ਤਸਵੀਰ ਹੈ ਨੱਕ ਅੱਗੇ ਲਿਖੋ ਤੁਸੀਂ ਵੀ ਨੰਨੇ ਨੁਆਦਾ ਕੱਕਾ ਨੱਕ ਹਮ ਇਹ ਕੀ ਹੈ ਦੱਸੋ ਤੁਸੀਂ ਵੈਰੀ ਗੁੱਡ ਇਹ ਵੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਲਿਖੋ ਵੈਲ ਡਨ ਲਿਖੋ ਐੜੇ ਨੁਆਦਾ ਖਖਾ ਅ ਕ ਸੋ ਧੀਏ ਸਟੂਡੈਂਟ ਤੁਸੀਂ ਵੀ ਇਸੇ ਤਰ੍ਹਾਂ ਲਿਖਣਾ ਹੈ ਅਗਲੇ ਸੀ ਕੀ ਕਰਾਂਗੇ ਚਿੱਤਰਾਂ ਨੂੰ ਉਹਨਾਂ ਦੇ ਸਹੀ ਸ਼ਬਦ ਜੋੜਾ ਨਾਲ ਮਿਲਾਓ ਜਿਵੇਂ ਕਿ ਤੁਹਾਨੂੰ ਪਤਾ ਹੈ ਇਹਨਾਂ ਵਿੱਚੋਂ ਇੱਕ ਸ਼ਬਦ கரੈਕਟ ਹੈ ਤੇ ਇੱਕ ਰੋਂਗ ਹੈ ਸੋ ਅਸੀਂ ਇਹਨਾਂ ਦੇ ਕਰੈਕਟ ਸ਼ਬਦ ਨਾਲ ਇਸੀ ਮੈਚ ਕਰਾਂਗੇ ਪਿਕਚਰ ਦੀ ਸੋ ਸ਼ੁਰੂ ਕਰਦੇ ਹਾਂ ਜਿਵੇਂ ਕਿ ਪਹਿਲਾ ਤਾਂ ਸੋਲਵ ਕਰਕੇ ਦਿੱਤਾ ਗਿਆ ਹੈ ਬੱਬੇ ਨੂੰ ਅਧਿਕ ਸੱਸਾ ਬਾਸ ਇਹ ਹੀ ਕਰੈਕਟ ਹੈ ਅੱਗੇ ਕੀ ਹੈ ਹਾਹੇ ਨੂੰ ਅਧਿਕ ਲੱਲਾ ਹਲ ਹਾਹਾ ਲੱਲਾ ਹਾਲ ਇਨ੍ਹਾਂ ਵਿੱਚੋਂ ਕਿਹੜਾ ਠੀਕ ਹੈ ਕਿਹੜਾ ਠੀਕ ਹੈ ਹਾਹੇ ਨੂੰ ਅਧਿਕ ਲੱਲਾ ਹਲ ਕਿਉਂਕਿ ਅਸੀਂ ਅਧਿਕ ਵਾਲੇ ਕਰ ਰਹੇ ਹਾਂ ਤੇ ਅਧਿਕ ਵਾਲਾ ਜਿਹੜਾ ਸ਼ਬਦ ਠੀਕ ਹੈ ਸੀ ਉਹ ਹੀ ਲਿਖਾਂਗੇ ਓਕੇ ਸਟੂਡੈਂਟਸ ਅੱਗੇ ਕੀ ਹੈ ਜੱਗ ਜੱਜੇ ਨੂੰ ਅਧਿਕ ਗੰਗਾ ਜੱਗ ਇਨ੍ਹਾਂ ਵਿੱਚੋਂ ਕਿਹੜਾ ਠੀਕ ਹੈ ਬੱਬਾ ਦੱਦਾ ਲੱਲਾ ਬੱਦਲ ਕੇ ਬੱਬੇ ਨਾਲ ਬੱਦਲ ਨਾ ਬੱਦਲ ਕਿਹਾ ਠੀਕ ਹੈ ਬੱਦਲ ਠੀਕ ਹੈ ਕਲਾਉਡਸ ਨੂੰ ਕੀ ਕਹਿੰਦੇ ਆ ਬੱਦਲ ਅੱਗੇ ਕਿਹੜਾ ਠੀਕ ਹੈ ਐੜੇ ਨੂੰ ਇਹਦਾ ਖਖਖ ਔਰ ਐੜਾ ਖਖਖ ਕਿਹੜਾ ਠੀਕ ਹੈ ਵੈਰੀ ਗੁੱਡ ਐੜੇ ਨੂੰ ਇਹਦਾ ਖਖਖ ਮੰਮੇ ਨੂੰ ਚੀਜਾ ਮੱਜ ਮੰਮਾ ਚੀਜਾ ਮੱਜ ਕਿਹੜਾ ਠੀਕ ਹੈ ਮੱਜ ਮੰਮੇ ਨੂੰ ਇਹਦਾ ਚੀਜਾ ਮੱਜ वैरी गुड इस तरह तुम मैच करो अगर ममा ग्गा मग मम्मी न मग क्या ठीक है मग वैरी गुड छशे अदक तत्ता छत और छश तत्ता छत किड़ा ठीक है छत छशे तत्ता शत वैरी गुड तुम्हें इस तरह करना है यो स्टूडेंट्स तुम्हें वन टाइम फिर तो रिवाइज करना है ओके थैंक यू हैवे नाइस डे